ਪੰਜਾਬ ਹਰਿਆਣਾ ਦੀ ਸਰਹੱਦ ਤੇ ਪੈਂਦੇ ਸੈਂਕੜੇ ਪਿੰਡਾਂ 'ਚ ਨਸ਼ਾ ਖਤਮ ਕਰਨ ਲਈ ਹੁਣ ਨੌਜਵਾਨਾਂ ਨੇ ਸਾਂਝੀ ਮੁਹਿੰਮ ਵਿੱਢੀ ਹੈ। ਇਸ ਮੁਹਿੰਮ ਨੂੰ ਆਪਰੇਸ਼ਨ ਕਲੀਨ ਦੇ ਨਾਮ ਹੇਠ ਦੋਵੇਂ ਸੂਬਿਆਂ ਦੇ ਨੌਜਵਾਨਾਂ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ ਲਈ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਹਰਿਆਣਾ ਨਾਲ ਲੱਗਦੇ ਪਿੰਡ ਗੜਵਾਲੀ ਵਿਖੇ ਪਹਿਲਾ ਇਕੱਠ ਰੱਖਿਆ ਗਿਆ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਆਉਣ ਵਾਲੀ ਪੀੜ੍ਹੀ ਖਤਰੇ ਦੇ ਵਿੱਚ ਜਾ ਰਹੀ ਹੈ ਦਿਨੋ ਦਿਨ। ਅਸੀਂ ਚਾਹੁੰਦੇ ਹਾਂ ਵੀ ਇਸ ਪੀੜ੍ਹੀ ਨੂੰ ਬਚਾਇਆ ਜਾ ਸਕੇ, ਕਿਸੇ ਵੀ ਤਰੀਕੇ ਨਾਲ ਬਚਾ ਸਕੀਏ। ਅਸੀਂ ਉਹਦੇ ਉਪਰਾਲੇ ਲਈ ਅਸੀਂ ਪੰਜਾਬ ਦੀ ਕਮੇਟੀਆਂ ਬਣੀਆਂ ਹੋਈਆਂ ਸੀਗੀਆਂ, ਸਾਡਾ ਬਹੁਤ ਵਧੀਆ ਪੰਜਾਬ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ। ਅਸੀਂ ਉਹਨਾਂ ਦੇ ਹੌਸਲੇ ਨਾਲ ਅਸੀਂ ਆਪਣੀ ਕਮੇਟੀ ਬਣਾਈ, ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ, ਤਾਂ ਅਸੀਂ ਕਾਫੀ ਕਵਰਿੰਗ ਕੀਤੀ ਇਹਦੇ ਨਾਲ। ਅਸੀਂ ਆਪਦਾ ਪਿੰਡ ਦੇਸ ਮਲਕਾਣਾ ਦੇ ਵਿੱਚ 70-80% ਨਸ਼ਾ ਕਵਰ ਕਰ ਚੁੱਕੇ ਹਾਂ। ਇਹਨਾਂ ਦੇ ਸਹਿਯੋਗ ਨਾਲ ਅਸੀਂ ਹੋਰ ਵੀ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਵੀ ਕਿਸੇ ਤਰੀਕੇ ਨਾਲ ਪਿੰਡਾਂ ਨੂੰ ਜੋੜਿਆ ਜਾ ਸਕੇ, ਕਮੇਟੀਆਂ ਬਣਾਈਏ ਅਸੀਂ ਜਾ ਕੇ, ਅਤੇ ਉਹਦੇ ਨਾਲ ਨਸ਼ੇ ਨੂੰ ਥੋੜ੍ਹੀ ਨੱਥ ਪਾਈ ਜਾ ਸਕੇ। ਨਸ਼ੇ ਦਾ ਪ੍ਰਭਾਵ ਦੇ ਮਾਮਲੇ ਦੇ ਵਿੱਚ ਵੀ ਅਸੀਂ ਹਰਿਆਣਾ ਅਤੇ ਪੰਜਾਬ ਦੇ ਦੋਨਾਂ ਪਿੰਡਾਂ ਨੇ, ਦੋਨਾਂ ਸੂਬਿਆਂ ਨੇ ਇੱਕ ਸਾਂਝਾ ਅੱਜ ਜੋ ਅਸੀਂ ਇੱਕ ਸੈਮੀਨਾਰ ਕੀਤਾ ਹੈ, ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਹਰਿਆਣਾ ਅਤੇ ਪੰਜਾਬ ਦਾ ਦੋਨਾਂ ਦੇ ਇਕੱਠੇ ਹੋਏ, ਅਤੇ ਹਰਿਆਣਾ ਦੇ ਪੰਜਾਬ ਦੇ ਕਲੱਬ ਵੀ ਇਕੱਠੇ ਹੋਏ, ਪੰਚਾਇਤਾਂ ਵੀ ਇਕੱਠੀਆਂ ਹੋਈਆਂ, ਅਤੇ ਨਗਰ ਨਿਵਾਸੀ ਲੋਕ ਵੀ ਇਕੱਠੇ ਹੋਏ। ਉਹਦਾ ਇਕੱਠੇ ਹੋਣ ਦਾ ਮਤਲਬ ਇਹ ਸੀ ਵੀ ਦੋਨਾਂ ਜੋ ਨਸ਼ਾ ਬਹੁਤ ਜ਼ਿਆਦਾ ਚੱਲ ਰਿਹਾ, ਅਸੀਂ ਪੰਜਾਬ ਨੂੰ ਕਹਿ ਦਿੰਦੇ, ਪੰਜਾਬ ਵਾਲੇ ਹਰਿਆਣੇ ਨੂੰ ਕਹਿ ਦਿੰਦੇ ਆ, ਉੱਥੇ ਇੱਕ ਦੂਜੇ ਨੂੰ ਦੋਸ਼ ਦੇਣ ਦੀ ਬਜਾਏ ਅਸੀਂ ਇਸ ਬੁਰਾਈ ਦੇ ਉੱਤੇ ਕਵਰ ਕਰਨਾ ਹੈ। ਕਵਰ ਕਰਨ ਦੇ ਵਿੱਚ ਸਾਨੂੰ ਪ੍ਰਸ਼ਾਸਨ ਦੀ ਲੋੜ ਸੀ, ਤਾਂ ਪ੍ਰਸ਼ਾਸਨ ਦੇ ਦੋਨੇ ਅਫੀਸਰਾਂ ਨੂੰ ਇਕੱਠੇ ਕਰਕੇ ਇੱਥੇ ਅੱਜ ਗੜਵਾਲੀ ਪਿੰਡ ਦੇ ਵਿੱਚ ਇੱਕ ਬਹੁਤ ਵਧੀਆ ਸੈਮੀਨਾਰ ਕਰਵਾਇਆ ਗਿਆ, ਅਤੇ ਜਿਹਦੇ ਅਸੀਂ ਸਾਨੂੰ ਉਮੀਦ ਜਾਗੀ ਹੈ ਵੀ ਅਸੀਂ ਨਸ਼ੇ ਦੇ ਉੱਤੇ ਕਾਫੀ ਹੱਦ ਤੱਕ ਅਸਰ ਪਾਵਾਂਗੇ। ਉਧਰ ਦੂਜੇ ਪਾਸੇ ਮੀਟਿੰਗ ਦੌਰਾਨ ਪੰਜਾਬ ਅਤੇ ਹਰਿਆਣਾ ਪੁਲਿਸ ਨੇ ਵੀ ਲੋਕਾਂ ਨੂੰ ਨਸ਼ਾ ਬੰਦ ਕਰਨ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਮੀਟਿੰਗ ਵਿੱਚ ਪੁੱਜੇ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੇ ਕਿਹਾ ਕਿ ਇਸ ਨਾਲ ਨਸ਼ੇ ਉੱਤੇ ਕਾਫੀ ਠੱਲ ਪਵੇਗੀ ਅਤੇ ਨੌਜਵਾਨ ਪੀੜ੍ਹੀ ਨਸ਼ੇ ਤੋਂ ਬਚ ਸਕੇਗੀ। ਬਹੁਤ ਚੰਗੀ ਇਹ ਇੱਕ ਉਪਰਾਲਾ ਜੀ ਕਿ ਪੰਜਾਬ ਅਤੇ ਹਰਿਆਣਾ ਦੋਵੇਂ ਇਕੱਠੇ ਹੋ ਕੇ ਚੱਲ ਰਹੇ, ਜਿਵੇਂ ਕਿ ਕੋਈ ਨਸ਼ੇੜੀ ਹੈ ਜਾਂ ਕੋਈ ਨਸ਼ਾ ਵੇਚਣ ਵਾਲਾ, ਉਹਦੇ ਲਈ ਇਹ ਬਾਰਡਰਸ ਐਗਜਿਸਟ ਨਹੀਂ ਕਰਦੇ। ਬਾਰਡਰ ਹੈਗੇ ਪੁਲਿਸ ਲਈ, ਬਾਰਡਰ ਹੈਗੇ ਸਟੇਟਸ ਲਈ, ਬਟ ਕਿਉਂਕਿ ਇਹ ਦੋਵੇਂ ਪਾਸੇ ਸਿਚੁਏਸ਼ਨ ਜਿਹੜੀ ਉਹ ਕਿਸੇ ਤੋਂ ਲੁਕੀ ਨਹੀਂ ਹੋਈ, ਉਹਨੂੰ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਸ਼ਾ ਖਤਮ ਹੋਵੇ। ਅਤੇ ਜਿਹੜੇ ਹਰਿਆਣੇ ਦੇ ਲੋਕ ਸਾਡੇ ਨਾਲ ਜੁੜੇ ਨੇ, ਇਸ ਮੰਚ ਦੇ ਨਾਲ ਜੁੜੇ ਨੇ, ਉਹਨਾਂ ਵੱਲੋਂ ਕਾਫੀ ਹੁੰਗਾਰਾ, ਪੋਜ਼ਿਟਿਵ ਅਪਰੋਚ ਹੈ। ਮੈਨੂੰ ਉਮੀਦ ਹੈ ਕਿ ਅੱਗੇ ਵੀ ਇਹਦੇ ਨਾਲ ਸਾਨੂੰ ਕਾਫੀ ਫਾਇਦਾ ਮਿਲੇਗਾ, ਇਨਫੋਰਮੇਸ਼ਨ ਵੀ ਮਿਲੇਗੀ, ਸੋ ਦੈਟ ਕਿ ਜਿਹੜਾ ਸਾਡਾ ਏਮ ਹੈ ਨਸ਼ਾ ਖਤਮ ਕਰਨ ਦਾ, ਉਹਨੂੰ ਅਸੀਂ ਜਲਦੀ ਅਚੀਵ ਕਰ ਸਕੀਏ। ਨਹੀਂ, ਰਿਜ਼ਲਟ ਤਾਂ ਦੇਖੋ ਨਿਕਲਦਾ ਹੀ ਰਹਿੰਦਾ, ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਉਸ ਇਨਫੋਰਮੇਸ਼ਨ ਦੇ ਬੇਸਿਸ 'ਤੇ FIRs ਵੀ ਹੋਈਆਂ, ਬੰਦੇ ਵੀ ਫੜੇ ਗਏ, ਕਾਫੀ ਹੱਦ ਤੱਕ ਬੰਦਿਆਂ ਨੇ ਆਪਣਾ ਇਲਾਜ ਵੀ ਕਰਾਇਆ। ਸੋ ਇਨਫੋਰਮੇਸ਼ਨ ਦੇ ਬੇਸਿਸ 'ਤੇ ਜਿਹੜੀ ਕਾਰਵਾਈ ਹੋਈ ਹੈ ਉਹ ਟੈਂਜੀਬਲ 'ਚ ਗਿਣਦਾ ਮੈਂ, ਜਿਹੜੀ ਦਿਸਦੀ ਹੈ। ਪਰ ਜਿਹੜਾ ਨਸ਼ਾ ਘਟਿਆ, ਨਸ਼ਾ ਕਰਨ ਵਾਲੇ ਜਿਹੜੇ ਦਾਖਲ ਹੋਏ, ਉਹ ਇਹੋ ਜਿਹਾ ਜਿਹੜਾ ਸਾਹਮਣੇ ਨਹੀਂ ਦਿਸਦਾ, ਪਰ ਲੋਕਾਂ ਨੂੰ ਪਤਾ ਲੱਗਦਾ ਕਿ ਹਾਂਜੀ ਨਸ਼ਾ ਘਟ ਗਿਆ, ਨਸ਼ਾ ਬੰਦ ਹੋ ਗਿਆ। ਸੋ ਉਹ ਇੰਪੈਕਟ ਤਾਂ ਹੈ ਹੀ ਹੈ ਇਸ ਮੀਟਿੰਗ ਦਾ। ਦੇਖਿਆ ਜਾਵੇ ਤਾਂ ਨੌਜਵਾਨਾਂ ਦਾ ਇਹ ਉਪਰਾਲਾ ਹੋਰਨਾਂ ਨੌਜਵਾਨਾਂ ਲਈ ਇੱਕ ਵੱਖਰੀ ਲਹਿਰ ਪੈਦਾ ਕਰੇਗਾ। ਤਲਵੰਡੀ ਸਾਬੋ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।